ਪੰਜਾਬ ਯੂਨੀਵਰਸਿਟੀ ਵਿੱਚ ਆਉਣ ਵਾਲੀਆਂ ਸੈਨੇਟ ਦੀਆਂ ਚੋਣਾਂ ਲਈ ਵੱਖ ਵੱਖ ਲੋੜੀਂਦੇ ਜੋ ਉਮੀਦਵਾਰ ਸੈਨੇਟ ਵਿੱਚ ਆਪਣਾ ਕਿਸਮਤ ਅਜਮਾ ਰਹੇ ਹਨ, ਉਹਨਾਂ ਵੱਲੋਂ ਆਪਣੇ ਆਪਣੇ ਸਾਥੀਆਂ ਅਤੇ ਰਿਸ਼ਤੇਦਾਰਾਂ ਨਾਲ ਆਪਣੇ ਆਪਣੇ ਏਰੀਏ ਵਿੱਚ ਮਿਲਣਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਅੱਜ ਫਾਜ਼ਿਲਕਾ ਵਿੱਚ 1992 ਤੋਂ ਲਗਾਤਾਰ ਸੈਨੇਟ ਦੀਆਂ ਚੋਣਾਂ ਲੜ ਕੇ ਸੈਨੇਟ ਵਿੱਚ ਹੱਕਾਂ ਅਤੇ ਲੋਕਾਂ ਦੇ ਹੱਕਾਂ ਦੀ ਆਵਾਜ਼ ਉਠਾਉਣ ਵਾਲੇ ਰਵਿੰਦਰ ਨਾਥ ਸ਼ਰਮਾ ਫਾਜ਼ਿਲਕਾ ਪੁੱਜੇ ਅਤੇ ਉਹਨਾਂ ਵੱਲੋਂ ਇੱਕ ਇਕੱਠ ਸਥਾਨਕ ਓਰਬਿਟ ਰਿਜ਼ੋਰਟ ਵਿੱਚ ਕੀਤਾ ਗਿਆ ਅਤੇ ਜਿੱਥੇ ਸੈਨੇਟ ਦੀਆਂ ਵੋਟਾਂ ਮੰਗੀਆਂ ਗਈਆਂ ਅਤੇ ਉਹਨਾਂ ਕਿਹਾ ਵੀ ਹੁਣ ਸਵਾਲ ਸੈਨੇਟ ਦੀਆਂ ਵੋਟਾਂ ਦਾ ਨਹੀਂ ਬਲਕਿ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦਾ ਹੈ। ਇਸ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਜਿਤਾਉਣਾ ਚਾਹੀਦਾ ਹੈ ਜੋ ਕਿ ਪੰਜਾਬ ਯੂਨੀਵਰਸਿਟੀ ਦੇ ਹੱਕਾਂ ਦੀ ਗੱਲ ਕਰ ਸਕਣ। ਉਹਨਾਂ ਕਿਹਾ ਉੱਥੇ ਹੋਰ ਕੀ ਕੁਝ ਕਿਹਾ, ਇਹ ਸਭ ਜਾਣਨ ਲਈ ਸਾਡੀ ਪੂਰੀ ਕਵਰੇਜ ਵੇਖੋ। ਵੰਡਿਆ ਗਿਆ ਸੀ ਇਲਾਕਾ, ਦੇਸ਼ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਹੈ, ਦੇਸ਼ ਦੀ ਸਿੱਖਿਆ ਕਿੱਧਰ ਨੂੰ ਜਾ ਰਹੀ ਹੈ ਔਰ ਦੇਸ਼ ਦੀ ਸੋਚ ਨੂੰ ਇੱਕ ਬਾਉਂਡ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਗਿਣੀ ਮਿੱਟੀ ਸਾਜਿਸ਼ ਦੇ ਨਾਲ ਇੱਕ ਨਵੀਂ ਪਨੀਰੀ ਤਿਆਰ ਕਰਨ ਵਾਸਤੇ ਕਿ ਉਹ ਜਿਸ ਤਰ੍ਹਾਂ ਅਸੀਂ ਸੋਚੀਏ ਉਸ ਤਰ੍ਹਾਂ ਉਹ ਸੋਚਣ, ਜਿਸ ਤਰ੍ਹਾਂ ਅਸੀਂ ਖਾਈਏ ਉਸ ਤਰ੍ਹਾਂ ਉਹ ਖਾਵੇ ਖਾਵਣ ਅਤੇ ਜਿਸ ਤਰ੍ਹਾਂ ਦਾ ਅਸੀਂ ਪਹਿਰਾਵਾ ਪਹਿਨੀਏ ਉਸ ਤਰ੍ਹਾਂ ਦਾ ਪਹਿਰਾਵਾ ਪਹਿਨਣ। ਉਸ ਤਰ੍ਹਾਂ ਦੀ ਜਨਰੇਸ਼ਨ ਜਦੋਂ ਤਿਆਰ ਕਰਨ ਦੇ ਵਾਸਤੇ ਉਹਨਾਂ ਨੇ ਇੱਕ ਪ੍ਰੋਪੇਗੰਡਾ ਰਚ ਲਿਆ, ਭਾਵੇਂ ਕਿ ਉਹਨਾਂ ਨੇ ਆਪਣੇ ਆਪ ਨੂੰ ਐਡੇ ਵੱਡੇ ਦਿਗ ਵੀ ਦੱਸਿਆ ਵੀ ਅਸੀਂ ਆਹ ਕੁਝ ਕੀਤਾ, ਪਰ ਕਦੇ ਵੀ ਇਹ ਗੱਲ ਨਹੀਂ ਕੀਤੀ ਕਿ ਕਾਲਜ ਦੇ ਵਿੱਚ ਕਦੀ ਪ੍ਰੋਫੈਸਰ ਲੈ ਆਈਏ, ਉੱਥੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਕੋਈ ਸੁਵਿਧਾ ਦੇ ਦਈਏ ਤਾਂ ਕੋਈ ਨਵਾਂ ਜਿਹੜੀ ਭਰਤੀ ਜਾਂ ਇੱਥੇ ਪ੍ਰੋਫੈਸਰ ਲਿਆਉਣ ਦੀ ਗੱਲ ਨਹੀਂ ਹੋਈ। ਜਿਹੜੀ ਲੇਟੈਸਟ ਗੱਲ ਇਹ ਹੈਗੀ, ਦੁਖਕਾਰੀ ਗੱਲ ਹੈ ਕਿ ਇੱਥੇ ਸਾਇੰਸ ਗਰੁੱਪ ਚੱਲ ਰਿਹਾ ਕਾਲਜ ਦੇ ਵਿੱਚ, ਨੋਨ ਮੈਡੀਕਲ ਦੀਆਂ ਕਲਾਸਾਂ ਤਾਂ ਲੱਗਦੀਆਂ ਪਰ ਮੈਡੀਕਲ ਦੀਆਂ ਕਲਾਸਾਂ ਨਹੀਂ ਲੱਗਦੀਆਂ। ਸਾਇੰਸ ਗਰੁੱਪ ਚੱਲਦਾ, ਨੋਨ ਮੈਡੀਕਲ ਚੱਲਦਾ, ਮੈਡੀਕਲ ਨਹੀਂ ਚੱਲਦਾ, ਕਾਰਨ ਇੱਕ ਪਾਇਆ ਦਾ ਪ੍ਰੋਫੈਸਰ ਨਹੀਂ ਹੈ। ਫਿਰ ਜਿਹੜੇ ਲੋਕ ਇੱਥੋਂ ਸਾਡੇ ਕੋਲ ਵੀ ਸਾਡੇ ਆਸੇ ਪਾਸੇ ਸਾਡੇ ਤਜਰਬੇ ਵਿੱਚੋਂ ਇਸ ਤਰ੍ਹਾਂ ਦੀ ਵੋਟ ਲੈ ਕੇ ਸੈਨੀਟੇਰੀਅਨ ਬਣ ਕੇ ਅਸੀਂ ਆਪਦੇ ਉਹ ਦਮਗਜੇ ਮਾਰਨੇ, ਪਰ ਆਪਦੇ ਲੋਕਲ ਕਾਲਜ ਬਾਰੇ, ਆਪਦੇ ਵਿਦਿਆਰਥੀਆਂ ਬਾਰੇ, ਉਹਨਾਂ ਦੇ ਭਵਿੱਖ ਬਾਰੇ ਅਤੇ ਤਜਰਬੇ ਬਾਰੇ ਗੱਲ ਨਹੀਂ ਕਰਨੀ। ਲਿੰਕਸ ਨੇ ਉਹ ਸਾਰੇ ਸਾਥੀ ਆਉਂਦੇ, ਮੈਂ ਐਡਵੋਕੇਟ ਹਾਂ ਅਤੇ ਸਾਡੇ ਬਾਰ ਦੇ ਵਿੱਚ ਜਦੋਂ ਚੋਣਾਂ ਹੁੰਦੀਆਂ ਨੇ ਤਾਂ ਜਿਹੜੇ ਐਜ਼ ਏ ਐਡਵੋਕੇਟ ਜਿਹੜੇ ਉਹ ਇਲੈਕਸ਼ਨ ਲੜ ਰਹੇ ਨੇ ਉਹ ਬਕਾਇਦਾ ਬਾਰ ਦੇ ਵਿੱਚ ਆਉਂਦੇ ਨੇ, ਤਾਂ ਉਹਨਾਂ ਅੱਗੇ ਸਾਡੇ ਸਵਾਲ ਸਪੈਸ਼ਲ ਜਿਹੜੇ ਸਾਡੇ ਵੱਲੋਂ ਨੁਕਤੇ ਸਾਡੇ ਸਾਥੀਆਂ ਨੂੰ ਉਠਾਏ ਜਾਂਦੇ ਨੇ। ਭਰਤੀ ਕਰਵਾਉਣ ਦੀ ਗੱਲ ਆਵੇ ਜਾਂ ਇੱਥੇ ਸਾਰੇ ਵਿਦਿਆਰਥੀਆਂ ਨੂੰ ਐਡਮਿਸ਼ਨ ਦੇਣ ਦੀ ਗੱਲ ਆਵੇ,
ਤਰਵਿੰਦਰ ਨਾਥ ਸ਼ਰਮਾ ਚੰਡੀਗੜ੍ਹ ਬੈਠਾ ਪ੍ਰੈਸ ਸਟੇਟਮੈਂਟ ਦੇਵੇ ਇੱਥੇ, ਅਸੀਂ ਲੜਾਈ ਲੜੀਏ ਅਤੇ ਇੱਕ ਬਹੁਤ ਵੱਡੀ ਗੱਲ ਹੋਏਗੀ ਯੂਨੀਵਰਸਿਟੀ ਦੇ ਜਿਹੜਾ ਮੈਨੇਜਮੈਂਟ ਹੈ ਉਹਦੇ 'ਤੇ ਪ੍ਰਭਾਵ ਪੈਣ ਦੀ ਗੱਲ ਹੋਏਗੀ। ਗੱਲਾਂ ਜਿਹੜੀਆਂ ਨੋਟ ਕਰਨ ਵਾਲੀਆਂ ਨੇ, ਜੇ ਜਲਾਲਾਬਾਦ ਦਾ ਇੱਕ ਕਾਲਜ ਹੈ, ਕੁੜੀਆਂ ਦੇ ਇੱਕੋ ਇੱਕ ਕਾਲਜ ਹੈ, ਅੱਜ ਤੋਂ ਕਹਿ ਸਕਦੇ ਹਾਂ ਕਿ 7-8 ਸਾਲ ਪਹਿਲਾਂ ਅਸੀਂ ਲੜਾਈ ਲੜੀ ਸੀ, ਲਗਾਤਾਰ 43 ਦਿਨ ਜਿਹੜੀ ਭੁੱਖ ਹੜਤਾਲ ਕੀਤੀ ਸੀ, ਤਾਂ ਉਸ ਵਕਤ ਜਦੋਂ ਉਹ ਐਡਮਿਸ਼ਨਾਂ ਦਾ ਵੀ ਟਾਈਮ ਨਿਕਲ ਚੁੱਕਿਆ ਸੀ, ਤਾਂ ਉਸ ਵਕਤ SDM ਨੇ ਵਿੱਚ ਆ ਕੇ ਗੱਲ ਕਹਿਤੀ ਸੀ। ਉਹ ਲੜਾਈ ਇਹ ਸੀ ਕਿ ਉਹ ਕਾਲਜ ਅਕਾਲੀ ਸਰਕਾਰ ਵੱਲੋਂ ਬਣਾਇਆ ਗਿਆ, ਪਰ ਉਹ 3 ਸਾਲ ਕਾਲਜ ਕਰੋੜਾਂ ਰੁਪਏ ਲੱਗਣ ਦੇ ਬਾਵਜੂਦ ਵੀ ਨਹੀਂ ਬਣਾਇਆ ਗਿਆ। ਇਸ ਕਾਲਜ ਵਿੱਚ ਅਮਰ ਫਾਜ਼ਿਲਕਾ 'ਚ ਕਈ ਵਾਰੀ ਆ ਕੇ ਕਈ ਇੱਥੇ ਲੜੀਆਂ ਲੜੀਆਂ, ਇੱਥੇ ਟੀਚਰਾਂ ਦੀ ਜਿਹੜੀ ਐਕਸਪਰੈਕੇਸ਼ਨ ਸੀ, ਟਰਮੀਨੇਸ਼ਨ ਸੀ, ਉਹਦੇ ਖਿਲਾਫ ਲੜਦੇ ਹਨ। ਇੱਥੇ ਪ੍ਰੋਫੈਸਰ ਬਤਨੀ ਸੀ, ਪ੍ਰੋਫੈਸਰ KC ਗੁਪਤਾ ਸੀ, ਪੁਰਾਣੇ ਸਾਰੇ ਉਹ ਸਾਡੇ ਇਸ ਵੇਲੇ ਸਾਥੀ ਸਨ, ਔਰ ਇਹ ਸਾਰੇ ਜੇ ਏਰੀਆ 'ਚ ਚਾਹੇ ਕਿਲ੍ਹਿਆਂ ਵਾਲੀ ਸੀ, ਚਾਹੇ ਅੰਮ੍ਰਿਤਸਰ ਸੀ, ਔਰ ਉਸ ਵੇਲੇ ਜਿਹੜੇ ਫਿਊਡਲ ਲੋਕ ਸੀ ਜਿਨ੍ਹਾਂ ਨੇ ਕਾਲਜ ਖੋਲ੍ਹੇ ਦੇ ਸੀ, ਉਹ ਆਪਣੇ ਆਪ ਨੂੰ ਬਾਲਕ ਸਮਝਦੇ ਸੀ, ਅਤੇ ਜਿਹੜੇ ਪ੍ਰੋਫੈਸਰ ਸੀ, ਟੀਚਰ ਸੀ, ਉਹਨਾਂ ਨੂੰ ਕੋਈ ਸਰਵੈਂਟ ਸਮਝਦੇ ਸੀ, ਕਿਉਂਕਿ ਕੋਈ ਸਿਕਿਉਰਿਟੀ ਸਰਵਿਸ ਐਕਟ ਨਹੀਂ ਸੀ ਉਸ ਵੇਲੇ। ਫਾਇਰ ਐਂਡ ਫਾਇਰ ਦੀ ਗੱਲ ਸੀ, ਮਾਸਟਰ ਸਰਵੈਂਟ ਰਿਲੇਸ਼ਨ ਦੀ ਗੱਲ ਸੀ, ਕਿ ਮਾਸਟਰ ਹਾਇਰ ਵੀ ਕਰ ਸਕਦਾ ਅਤੇ ਫਾਇਰ ਵੀ ਕਰ ਸਕਦਾ। ਉਸ ਵੇਲੇ ਵੀ ਅਸੀਂ ਖੜ੍ਹੇ, ਤੁਹਾਨੂੰ ਯਾਦ ਹੈ ਕਿਲ੍ਹਿਆਂ ਵਾਲੀ ਵਿੱਚ ਪੱਕਾ ਪ੍ਰੋਫੈਸਰ ਸੀ, ਰੈਗੂਲਰ ਪ੍ਰੋਫੈਸਰ ਸੀ, ਉਸ ਪ੍ਰੋਫੈਸਰ ਵਰਮਾ ਨੂੰ ਸਿਰਫ ਇਸ ਕਰਕੇ ਨੌਕਰੀ ਤੋਂ ਕੱਢਿਆ ਕਿ ਉਹਦਾ ਬੇਟਾ ਵੀ ਉੱਥੇ ਪੜ੍ਹਦਾ ਸੀ, ਉਹ ਕਿਉਂਕਿ ਸਟੂਡੈਂਟ ਲੀਡਰ ਸੀ, ਔਰ ਉਸਨੇ ਕੋਈ ਜਿਸ ਤਰ੍ਹਾਂ ਦਾ ਕੋਈ ਇਸ਼ੂ ਰੇਸ ਕੀਤੇ, ਤਾਂ ਉਸ ਵੇਲੇ ਪ੍ਰਿੰਸੀਪਲ ਨੇ ਜਿਹੜਾ ਉਸ ਵੇਲੇ ਚੇਅਰਮੈਨ ਸੀ ਬਾਦਲ ਸਾਹਿਬ ਦਾ, ਸਕਾ ਚਾਚਾ ਗੁਰਰਾਜ ਸਿੰਘ ਐਕਸੈਂਬਲੀ, ਉਹ ਪ੍ਰੈਜੀਡੈਂਟ ਸੀ, ਉਹਨੂੰ ਕਿਹਾ ਕਿ ਦੇਖੋ ਜੀ, ਇਹ ਵਰਮਾ ਸਾਹਿਬ ਯੂਨੀਅਨ 'ਚ ਐਕਟਿਵਿਸਟ ਹੈ, ਪੁੱਤਰ ਇੱਥੇ ਬੱਚਿਆਂ ਨੂੰ ਆਰਗਨਾਈਜ਼ ਕਰ ਰਿਹਾ ਅਤੇ ਕੰਮ ਨਹੀਂ ਚੱਲਣ ਦਿੰਦਾ ਪਿਆ। ਉਹਨੇ ਉਸੇ ਵੇਲੇ SHO ਨੂੰ ਫੋਨ ਕੀਤਾ, ਗੁਰਰਾਜ ਸਿੰਘ ਜੀ ਨੇ, ਔਰ ਉਹਨੂੰ ਪੁਲਿਸ ਸਟੇਸ਼ਨ ਲੈ ਗਏ ਉਸ ਮੁੰਡੇ ਨੂੰ ਅਤੇ ਬਿਠਾ ਲਿਆ ਉੱਥੇ। ਹੁਣ ਜਿਸ ਪੁਲਿਸ ਨੇ ਬਿਠਾ ਲਿਆ ਤਾਂ ਪੁਲਿਸ ਦੇ ਥਾਣੇ ਦਾ ਵੀ SHO 'ਚ ਕੀ ਜ਼ਰੂਰਤ ਸੀ ਕਿ ਬਾਦਲੀ ਪਰਿਵਾਰ ਤੋਂ ਅਗਰ ਫੋਨ ਆਇਆ ਤਾਂ ਉਹਨੂੰ ਛੱਡ ਦੇਣ। ਜਦੋਂ ਜਾ ਕੇ ਪ੍ਰੋਫੈਸਰਾਂ ਨੇ ਕਿਹਾ, ਉਹ ਕਹਿੰਦੇ ਨਹੀਂ ਜੀ, SHO 'ਚ ਨੇ ਇੱਕੋ ਗੱਲ ਕਹੀ ਕਿ ਸਰਦਾਰ ਬਾਦਲ ਕੋਲੋਂ ਫੋਨ ਕਰਾ ਦਿਓ, ਮੈਂ ਛੱਡ ਦਾਂਗਾ। ਕਹਿੰਦੇ ਨਹੀਂ, ਉਹ ਸਾਲਤ ਵਿੱਚ ਉਹ ਪ੍ਰੋਫੈਸਰ ਵਰਮਾ ਇਕੱਲਾ ਹੀ ਚਲਾ ਗਿਆ ਬਾਦਲ ਪਿੰਡ ਜਾ ਕੇ ਕਹਿਣ ਵਾਸਤੇ, ਔਰ ਜਿਸ ਵੇਲੇ ਗੁਰਰਾਜ ਸਿੰਘ ਨੂੰ ਕਿਹਾ ਕਿ ਇਹ ਗੱਲ ਹੈ ਕਿ ਜਿਸ ਤਰ੍ਹਾਂ ਸਰਦਾਰ ਬਾਦਲ ਜਿਸ ਤਰ੍ਹਾਂ ਫਿਊਚਰ ਗੱਲਾਂ ਕਰਦੇ ਆ, ਉਹ ਤੁਸੀਂ ਪਿਓ ਪੁੱਤਰਾਂ ਨੇ ਗੰਧ ਪਾਇਆ ਇੱਥੇ, ਚੁੱਪ ਕਰੇ ਰਿਜ਼ਾਈਨ ਲੈ ਸਕੇ, ਫਿਰ ਤੇਰੇ ਮੁੰਡੇ ਨੂੰ ਛਡਾਵਾਂਗਾ। ਉਹ ਐਸਾ ਘਬਰਾਇਆ, ਉਹਨੇ ਉੱਥੇ ਕੋਰੇ ਕਾਲਜ ਦਾ ਰਿਜ਼ਾਈਨ ਲੈ ਦਿੱਤਾ, ਪੱਕੀ ਨੌਕਰੀ ਹੋਈ, ਔਰ ਉਹਦੇ ਬਾਅਦ ਮੁੰਡਾ ਛੱਡਿਆ ਗਿਆ। 3 ਦਿਨ ਉਹ ਲੁਕਾ ਕੇ ਰੱਖੀ ਉਹਨੇ ਗੱਲ ਕਿ ਮੈਂ ਇਸ ਤਰ੍ਹਾਂ ਰਿਜ਼ਾਈਨ ਕਰਕੇ ਆ ਗਿਆ। ਜਦੋਂ ਬਾਅਦ 'ਚ ਕੁਦਰਤੀ ਗੱਲ ਹੈ, ਕੋਈ ਪ੍ਰੋਫੈਸਰ ਨੂੰ ਇਲਾਵਾ ਹੋਰ ਤਾਂ ਤੁਸੀਂ ਨੇ ਪ੍ਰੋਫੈਸਰ ਸੀ, ਉਹਨਾਂ ਨੂੰ ਗੱਲ ਕੀਤੀ ਵੀ ਮੇਰੇ ਨਾਲ ਇਹ ਹੋਇਆ, ਇਸ ਤਰ੍ਹਾਂ ਹੋਇਆ। ਮੈਂ ਕਦੇ ਯੂਨੀਅਨ ਦਾ ਉਸ ਵੇਲੇ ਐਕਟਿਵਿਸਟ ਸੀ, ਮੇਰੇ ਕੋਲ ਮਲੋਟ ਆ ਗਏ ਕਿ ਦੇਖੋ ਜੀ ਇਸ ਤਰ੍ਹਾਂ ਹੋਇਆ। ਅਸੀਂ ਮੇਰੇ ਖਿਆਲ 2 ਮਹੀਨੇ ਇਹਦੀ ਤੁਸੀਂ ਚਲਾਈ, ਉਸ ਵੇਲੇ ਗਿਆਨੀ ਜੈਲ ਸਿੰਘ ਚੀਫ ਮਿਨਿਸਟਰ ਸੀ, ਇਹ ਐਕਸ ਚੀਫ ਮਿਨਿਸਟਰ ਸਨ ਬਾਦਲ ਸਾਹਿਬ, ਔਰ ਜਿਸ ਤਰ੍ਹਾਂ ਕਿ ਹੁੰਦਾ ਹੈ ਤਾਂ ਉਹਨਾਂ ਦਾ ਅਸੀਂ ਸਭ ਕੁਛ ਕੀਤਾ, ਅਖੀਰ ਸੀ ਕਿ ਐਜੂਕੇਸ਼ਨ ਸਾਡੀ ਇਸ ਗੱਲ 'ਤੇ ਫੈਸਲਾ ਹੋਈ ਕਿ ਚੰਗਾ ਜੀ ਲਮਕ ਗਈ ਅਤੇ ਚੰਗਾ ਅਸੀਂ ਉਹ ਰੱਖ ਲੈਂਦੇ ਹਾਂ ਵਰਮੇ ਨੂੰ, ਪਰ ਅਸੀਂ ਨਵੇਂ ਸਿਰੇ ਨੂੰ ਨੌਕਰੀ 'ਚ ਰੱਖਾਂਗੇ, ਪੁਰਾਣੀ ਨਹੀਂ ਗਿਰੀ ਜਾਏਗੀ ਇਸ ਕਰਕੇ। ਔਰ ਉਹ ਕੁਦਰਤੀ ਗੱਲ ਹੈ ਕਿ ਅਸੀਂ ਤਾਂ ਇੱਕ ਵਾਰੀ ਅੰਦਰ ਲਿਆਓ, ਫਿਰ ਰੈਗੂਲਰ ਵੀ ਕਰਾਵਾਂਗੇ, ਇੱਕ ਵਾਰੀ ਇਸ ਗੱਲ ਨੂੰ ਲਈਏ ਤਾਂ ਅਸੀਂ ਫਿਰ ਉਸ 'ਚ ਸਫਲ ਤਾਂ ਹੋਏ। ਫਾਜ਼ਿਲਕਾ ਆ ਕੇ 3 ਸਾਲ ਤੁਸੀਂ ਸੈਨੇਟਰ ਰਹੇ ਹੋ, ਕੋਲੇ ਲਈ ਕੀ ਕੁਛ ਕੀਤਾ ਅਤੇ ਹੁਣ ਅੱਗੇ ਕੀ ਕਰੋਗੇ? ਮੈਂ ਅੱਗੇ ਵੀ ਦੋਸਤਾਂ ਨਾਲ ਸ਼ੇਅਰ ਕੀਤਾ ਕਿ ਜਦੋਂ ਵੀ ਕੋਈ ਇਸ਼ੂ ਸਾਡੇ ਸਾਹਮਣੇ ਸਾਡੇ ਨੋਟਿਸ ਵਿੱਚ ਕਿਸੇ ਵੀ ਦੋਸਤਾਂ ਨੇ ਲਿਆਂਦਾ, ਉਸ ਨੂੰ ਜੋ ਵੀ ਇਸ ਢੰਗ ਦੇ ਨਾਲ ਉਹਨਾਂ ਦੇ ਹੱਕ ਵਿੱਚ ਬੋਲਣਾ ਹੈ, ਉਹ ਮੈਂ ਹਮੇਸ਼ਾ ਲੜਦਾ।
ਮੈਨੂੰ ਢਾਬਾ ਨੇ ਦੋ ਤਿੰਨ ਵਾਰੀ ਇਹ ਕਾਲ ਕਰੀ ਕਿ ਦੂਸਰੀ ਗੱਲ ਕਰੀ, ਮੈਂ ਰੇਸ ਕਰਦਾ। ਦੂਸਰੀ ਗੱਲ ਹੈ ਕਿ ਜਿਸ ਤਰ੍ਹਾਂ ਦੇ ਨਾਲ ਜਿਹੜੀਆਂ ਦੂਸਰੇ ਇਸ਼ੂਜ਼ ਹੈ ਉਹ ਹਮੇਸ਼ਾ ਹੀ ਆਪਾਂ ਰੇਸ ਕਰਦੇ ਹਾਂ, ਕਿ ਜਿਹਦੇ ਵਿੱਚ ਜਿਹੜੀ ਪਬਲਿਕ ਦੇ ਇਸ਼ੂਜ਼ ਹੈ, ਜਾਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਚਾਹੇ ਉਹ ਭਗਤ ਸਿੰਘ ਦੀ ਯਾਦ ਵਿੱਚ ਬਣਾਉਣਾ, ਚਾਹੇ ਉਹਦੇ 'ਚ ਈਵਨਿੰਗ ਕਾਲਿੰਗ ਬੰਦ ਹੋਣ ਤੋਂ ਰੋਕਣਾ, ਚਾਹੇ ਫੀ ਫੰਕ ਸਟਰਕਚਰ ਨੂੰ ਜਿਹੜੀਆਂ ਫੀਸਾਂ ਵੱਲੋਂ ਰੋਕਣਾ, ਪਿੱਛੇ ਜਦੋਂ ਸਟੂਡੈਂਟਸ ਨੇ ਐਜੂਕੇਸ਼ਨ ਕੀਤੀ ਉਹਨਾਂ ਦੇ ਉੱਤੇ ਸਡੀਸ਼ਨ ਦਾ ਕੇਸ ਬਣਾ ਦਿੱਤਾ ਗਿਆ। ਅਸੀਂ ਉਸ ਦੇ ਖਿਲਾਫ਼ ਕਿਹਾ ਵੀ ਇਹ ਇੱਕ ਸਡੀਸ਼ਨ ਹੈ, ਜਿਹਦਾ ਰਿਜ਼ਲਟ ਸਾਰੀ ਸਿੰਡੀਗੜ੍ਹ ਸੈਨਟ 'ਚ ਪਾਸ ਕਰਾਇਆ ਯੂਨਾਨੀਮਸਲੀ ਕਿ ਕੇਸ ਵਿਦਡਰਾਅ ਕਰਵਾਓ। ਉਹ ਅੱਜ ਤੱਕ ਵੀ ਯੂਨੀਵਰਸਿਟੀ ਦਾ ਫੈਸਲਾ ਹੈ ਔਰ ਉਹਦਾ ਪ੍ਰੋਸੈਸ ਚੱਲ ਰਿਹਾ। ਸੋ ਜਿਹੜੇ ਵੀ ਇਸ਼ੂਜ਼ ਹੈ ਕਿਸੇ ਤਰ੍ਹਾਂ ਦੇ ਸਟੂਡੈਂਟ ਮੂਵਮੈਂਟ ਦੇ, ਟੀਚਰ ਮੂਵਮੈਂਟ ਦੇ, ਜਾਂ ਕਿਸੇ ਪਬਲਿਕ ਦੀ ਕਿਸੇ ਕਾਲਜ ਦੀ ਗੱਲ ਹੈ, ਅਸੀਂ ਹਮੇਸ਼ਾ ਉਹ ਮੈਂ ਕਰਦਾ ਰਿਹਾ ਅਤੇ ਉਹ ਕਰਦਾ। ਇੱਥੇ ਨਾ ਕਿ ਇੱਕ ਵੱਡਾ ਇਸ਼ੂ ਹੈ ਵੀ ਇੱਥੇ ਕੋਈ ਪਰਮਾਨੈਂਟ ਪ੍ਰਿੰਸੀਪਲ ਨਹੀਂ। ਪਿਛਲੇ ਲਗਭਗ 10 ਸਾਲ ਬਾਅਦ BS ਵਿਰਕ ਪ੍ਰਿੰਸੀਪਲ ਆਏ ਸੀ, ਉਹ ਵੀ ਪਿਛਲੇ ਇੱਕ ਹਫ਼ਤੇ ਤੋਂ ਇੱਥੋਂ ਛੱਡ ਕੇ ਆਪਦੀ ਟ੍ਰਾਂਸਫਰ ਕਰਾ ਕੇ ਟਾਂਡਾ ਚਲੇ ਗਏ ਜੀ। ਉਹਨੇ ਕੋਲ ਫਿਰ ਖਾਲੀ ਹੈ, ਇੱਥੇ ਇੱਕ ਹੀ ਪਰਮਾਨੈਂਟ ਪੋਸਟ ਹੈ ਰਜੇਸ਼ ਜੀ, ਜੋ ਉਹ ਵੀ ਅਵਾਰਡ ਤੋਂ ਆਉਂਦੇ ਨੇ, ਬਾਕੀ ਸਾਰੇ ਟੀਚਰ PTA 'ਚ ਆਉਂਦੇ ਨੇ। ਇੱਥੇ ਐਜੂਕੇਸ਼ਨ ਕਿਵੇਂ ਚੱਲੇਗੀ? ਦੇਖੋ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਸਾਰੇ ਪੰਜਾਬ ਦੇ ਵਿੱਚ ਸ਼ਾਇਦ 53 ਗਵਰਨਮੈਂਟ ਕਾਲਜ ਹੈ ਔਰ ਸਿਰਫ ਅਤੇ ਸਿਰਫ 10 ਪ੍ਰਿੰਸੀਪਲ ਰੈਗੂਲਰ ਹੈ। ਔਰ ਇਹ ਗਵਰਨਮੈਂਟ ਪੰਜਾਬ ਦਾ ਫਰਜ਼ ਬਣਦਾ ਕਿ ਜਿਨ੍ਹਾਂ ਨੇ ਆਪਣੇ ਬੰਦਿਆਂ ਨੂੰ ਪ੍ਰਮੋਟ ਕਰਕੇ ਤੁਹਾਨੂੰ ਪ੍ਰਿੰਸੀਪਲ ਭੇਜਣਾ। ਯੂਨੀਵਰਸਿਟੀ ਦਾ ਕੋਈ ਤਲਕ ਨਹੀਂ ਇਸ ਗੱਲ ਨਾਲ, ਸੋ ਇਸ ਗੱਲ ਯੂਨੀਵਰਸਿਟੀ ਕਹਿੰਦੀ ਵੀ ਤੁਸੀਂ ਅਪੁਆਇੰਟ ਕਰੋ, ਕੋਈ ਯੂਨੀਵਰਸਿਟੀ ਆ। ਅਦਰਵਾਈਜ਼ ਅਗਰ ਕੋਈ ਕਾਲਜ ਵਿਦਾਊਟ ਪ੍ਰਿੰਸੀਪਲ ਹੈ, ਅਗਰ ਕੋਈ ਕਾਲਜ ਕੋਈ ਗਵਰਨਮੈਂਟ ਕਾਲਜ ਵਿਦਾਊਟ ਪ੍ਰਿੰਸੀਪਲ ਹੈ, ਉਹ ਗਵਰਨਮੈਂਟ ਇੰਪਲਾਇਰ ਆ, ਉਹਨੇ ਲਿਆ ਕੇ ਰੱਖਣਾ ਜਿਹਨਾਂ ਨਾਲ। ਅਸੀਂ ਤਾਂ ਅਸੀਂ ਕਹਾਂਗੇ ਵੀ ਕਿਉਂ ਨਹੀਂ ਕਰੇ ਜਾਂ ਟੀਚਰ ਨੂੰ, ਪਰ ਮੈਂ ਫਿਰ ਕਹਾਂਗਾ ਕਿ ਗਵਰਨਮੈਂਟ ਪੰਜਾਬ ਜਿਹੜੀ ਹੈ ਇਹ ਉਹ ਆਂਸਰੇਬਲ ਹੈ। ਤੁਹਾਡਾ ਲੋਕਲ MLA ਉਹਨੂੰ ਲੜਨਾ ਚਾਹੀਦਾ ਆਪਣੀ ਹੱਕ ਵਾਸਤੇ ਕਿ ਮੇਰਾ ਕਾਲਜ ਜਿਹੜਾ ਵਿਦਾਊਟ ਸਟਾਫ ਅਤੇ ਵਿਦਾਊਟ ਪ੍ਰਿੰਸੀਪਲ ਚੱਲ ਰਿਹਾ ਅਤੇ ਬੱਚਿਆਂ 'ਚ ਤਬਾਹੀ ਹੋ ਰਹੀ ਹੈ। ਸੋ ਇਸ ਕਰਕੇ ਜਿਸ ਤਰ੍ਹਾਂ ਪਿੱਛੇ ਇਹਨਾਂ ਨੇ ਮਾਨੂਕਾ ਨੇ ਵੀ MLA ਹੈਗੀ ਆਪ ਦੀ, ਅਤੇ ਇੱਕ ਵਾਰ ਤੁਹਾਡਾ PT ਹੈ ਫਿਰੋਜ਼ਪੁਰ ਦਾ, ਉਹਨਾਂ ਨੇ ਰੇਜ਼ ਕੀਤਾ ਅਸੈਂਬਲੀ ਵਿੱਚ ਕਿ ਦੇਖੋ ਜੀ ਗੁਰੂ ਨਾਨਕ ਕਾਲਜ ਫਿਰੋਜ਼ਪੁਰ ਕੰਡ 'ਚ ਧੱਕਾ ਹੋ ਰਿਹਾ, 5700 ਬੱਚਾ ਦਾ ਹੱਲ ਕੀਤਾ, ਬੱਚੇ 57 ਸਿਰਫ ਆਉਂਦੇ ਆ। ਮੇਰਾ ਮਤਲਬ ਇਹ ਤੁਹਾਡੇ MLA ਦਾ ਫਰਜ਼ ਬਣਦਾ, ਲੋਕਾਂ ਦਾ ਫਰਜ਼ ਬਣਦਾ, ਗੌਰਮੈਂਟ ਨੂੰ ਪ੍ਰੈਸ਼ਰ ਕਰਨ ਦਾ ਕਿ ਭਾਈ ਤੁਸੀਂ ਸਾਡੇ ਸਟਾਫ ਦੀ। ਆਜ਼ਾਦੀ ਤੋਂ ਪਹਿਲਾਂ ਦਾ ਕਾਲਜ ਹੈ, ਇੱਥੇ ਗ੍ਰੈਜੂਏਸ਼ਨ ਤੋਂ ਬਾਅਦ ਹਾਲੇ ਤੱਕ ਕੋਈ MA ਜਾਂ MPhil ਕੋਈ ਕਲਾਸ ਨਹੀਂ ਆਈ, ਇਹ ਸੈਨੇਟਰ ਦਾ ਫਰਜ਼ ਨਹੀਂ ਜੀ? ਦੇਖੋ, ਮੈਂ ਹੁਣ ਫਿਰ ਕਹਾਂਗਾ ਕਿ ਸੈਨੇਟਰ ਨੂੰ ਤਾਂ ਇਸ ਗੱਲ ਦੀ ਤਾਂ ਹੈ ਕਿ ਜੇ ਇੱਥੋਂ ਦੀ ਕਿਸੇ ਵੀ ਜਥੇਬੰਦੀ ਨੇ, ਕਿਸੇ ਸਟੂਡੈਂਟਸ ਨੇ, ਕਿਸੇ ਥਾਂ ਨੇ ਇਹ ਗੱਲ ਕਹੀ ਹੋਵੇ ਕਿ ਅਸੀਂ ਸੈਨੇਟ 'ਚ ਰੇਜ਼ ਨਾ ਕੀਤੀ। ਹੁਣ ਇਹ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਜਿਹੜੀ MA ਚਾਹੀਦੀ, MSc ਚਾਹੀਦੀ ਜਾਂ ਜੋ ਵੀ ਕੋਰਸ ਪੋਸਟ ਗ੍ਰੈਜੂਏਸ਼ਨ ਚਾਹੀਦੇ ਆ, ਇਹ ਤਾਂ ਲੜਾਈ ਬਣਦੀ ਹੈ ਇੱਥੋਂ ਦੇ ਲੋਕਾਂ ਦੀ, ਇੱਥੋਂ ਦੇ MLA ਦੀ, ਇੱਥੋਂ ਦੇ ਲੋਕਾਂ ਦੀ, ਸਟੂਡੈਂਟਸ ਉੱਥੇ ਬੰਦਿਆਂ ਦੀ। ਸਾਡਾ ਰੋਲ ਤਾਂ ਬਾਅਦ 'ਚ ਬਣਦਾ, ਅਤੇ ਜਦੋਂ ਤੁਸੀਂ ਕਰੋ ਫਿਰ ਹਾਂ ਉੱਥੇ ਅਸੀਂ ਲੜਾਂਗੇ ਵੀ ਇਹਨਾਂ ਨੂੰ MA ਦਿਓ। ਹਾਂ, MA ਦੀ ਗੱਲ ਚੱਲੇ ਅਸੀਂ ਚਾਹਾਂਗੇ ਵੀ ਕਿਉਂ ਨਹੀਂ ਦਿੰਦੇ। ਮੈਂ ਐਗਜ਼ਾਮਪਲ ਦਿੰਦਾ, ਮੇਰੇ ਸਾਰੇ ਫਿਜ਼ੀਕਲ ਐਜੂਕੇਸ਼ਨ ਵਾਲੇ ਬੜੇ ਭਗਤ ਨੇ, ਕਿਉਂ ਭਗਤ? ਜਦੋਂ ਪਿੱਛੇ 4 ਸਾਲਾਂ ਦੀ BPR ਦਾ ਕੋਰਸ ਸਟਾਰਟ ਹੋਣ ਦੀ ਗੱਲ ਹੈ, ਪ੍ਰਾਈਵੇਟ ਕਾਲਜ ਚੰਡੀਗੜ੍ਹ ਕਰਨ ਦੇ ਅਸੀਂ ਖੋਲ੍ਹੇ ਕਰਨੇ, ਉਹਨਾਂ ਨੇ 35,000 ਰੁਪਈਆ ਫੀਸ ਰੱਖੀ। ਜਦੋਂ ਗੌਰਮੈਂਟ ਕਾਲਜ ਸੀ 11 ਸੈਕਟਰ ਦਾ, ਉਹਨਾਂ ਨੇ ਕਿਹਾ ਅਸੀਂ ਸਟਾਰਟ ਕਰਾਂਗੇ ਅਸੀਂ 12,000 ਲਾਂਗੇ। ਮੈਂ ਲੜਕੇ ਹੋਇਆ ਕਿ ਪ੍ਰਾਈਵੇਟ ਵਾਲੇ ਪਿੱਛੇ ਹਟ ਗਏ, 12,000 ਨਾਲ ਚੱਲ ਰਿਹਾ ਕਿ ਅਸੀਂ ਤਾਂ ਇਹੀ ਕਹਿ ਸਕਦੇ ਵੀ ਗੌਰਮੈਂਟ ਕਾਲਜਾਂ 'ਚ ਫੀਸ ਘੱਟ ਹੈ ਅਤੇ ਇੱਥੇ ਬੱਚਿਆਂ ਨੂੰ ਜ਼ਿਆਦਾ ਫੀਸ ਵੀ ਮਿਲਦੀ ਹੈ। ਪਰ ਜਿੱਥੇ ਹੁਣ ਸਾਨੂੰ ਫਾਜ਼ਿਲਕਾ ਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ MA ਸ਼ੁਰੂ ਕਰਨ ਦੀ ਜਾਂ ਕੁਛ ਵੀ, ਭਾਈ ਇਹ ਤਾਂ ਤਾਂ ਹੈ ਕਿ ਜੇ ਕਿਸੇ ਨੇ ਕੋਈ ਰੇਸ ਕੀਤਾ ਤਾਂ ਅਸੀਂ ਗਾਂਹ ਪ੍ਰਮੋਟ ਨਾ ਕਰੀਏ, ਅਸੀਂ ਨਾ ਬੋਲੀਏ ਸਿੰਡੀਗੜ੍ਹ ਦੇ ਸੈਨਟ 'ਚ। ਸੋ ਇਸ ਕਰਕੇ ਇਹ ਜਦੋਂ ਵੀ ਕੋਈ ਐਸੀ ਮੰਗ ਆਉਂਦੀ ਹੈ ਜਿਹੜੀ ਖਾਸ ਤੌਰ MA ਵਾਲੀ ਦੂਸਰੀ ਹੈ, ਇਹ ਤਾਂ ਇੱਥੋਂ ਦੇ ਲੋਕਾਂ ਦੀ ਡਿਮਾਂਡ ਜਾਂ ਇੱਥੋਂ ਟੀਚਰਾਂ ਦੀ ਡਿਮਾਂਡ ਜਿੱਥੋਂ ਦੀ ਪਬਲਿਕ ਦੀ ਡਿਮਾਂਡ ਹੈ, ਉਸ ਨੂੰ ਰੇਸ ਕਰਨ, ਫਿਰ ਉੱਥੋਂ ਅਸੀਂ ਜੇ ਉੱਥੋਂ ਅੜਚਣ ਪੈਂਦੀ ਹੋਣਾ ਫਿਰ ਕਹਿੰਦੇ ਦੋ ਜੀ ਅਸੀਂ ਇੱਥੇ ਭੇਜਿਆ ਉੱਥੇ ਸਾਡਾ ਪਾਸ ਨਹੀਂ ਹੋ ਦਿੱਤਾ, ਫਿਰ ਸੈਨੇਟਰ ਨੂੰ ਗ੍ਰਿਫਤ। ਤੁਹਾਡਾ ਸੀਰੀਅਲ ਨੰਬਰ ਇਸ ਵਾਰ ਕਿੰਨਾ ਜੀ? ਮੇਰਾ ਸੀਰੀਅਲ 31 ਹੈ, 31।
ਤੇ ਤੁਸੀਂ ਇਸ ਇਲਾਕੇ ਦੀ ਮੁੱਖ ਮੰਗ ਜੇ ਜਿੱਤ ਜਾਂਦੇ ਹੋ ਜਿੱਤਣ ਤੋਂ ਬਾਅਦ ਯੂਨੀਵਰਸਿਟੀ 'ਚ ਕੀ ਰੱਖੋਗੇ ਜਾਂ ਕੀ ਪਾਸ ਕਰਾਓਗੇ? ਮੈਂ ਦੋ ਗੱਲਾਂ ਕਰਾਂਗਾ, ਇੱਕ ਗੱਲ ਤਾਂ ਮੈਂ ਕਹਿ ਚੁੱਕਾ ਸਾਡੇ ਦੋਸਤਾਂ ਸਾਹਮਣੇ ਕਿ ਜਿਹੜੀ ਸਾਡੀ ਨਵੀਂ ਰਿਫੋਰਮਸ ਕਮੇਟੀ ਨੇ ਰਿਕਮੈਂਡ ਕੀਤਾ ਹੈ ਕਿ ਵੀ ਜਿਹੜੇ ਇਹ ਸਾਰੇ ਇਲਾਕੇ ਹੈ, ਇਹ ਕਾਲਜਿਸ ਹੈ, ਇਹਨਾਂ ਨੂੰ ਤੁਸੀਂ ਪਟਿਆਲਾ ਯੂਨੀਵਰਸਿਟੀ ਨਾਲ ਜਾਂ ਤੁਸੀਂ ਗੁਰੂ ਨਾਨਕ ਯੂਨੀਵਰਸਿਟੀ ਨਾਲ ਲਾ ਦਿੱਤਾ ਜਾਏ। ਪਹਿਲਾਂ ਤਾਂ ਉੱਥੇ ਨੇੜ ਮੈਂ ਇਸ ਗੱਲ ਦੀ ਪੋਸਟ ਕਰਾਂਗਾ ਕਿ ਕਿਸੇ ਕੀਮਤ 'ਤੇ ਅਸੀਂ ਆਪਣੇ ਪੰਜਾਬ ਯੂਨੀਵਰਸਿਟੀ ਅਤੇ ਨਾਲ ਕਾਲਜਾਂ ਨੂੰ ਡਿਸਿਪਲਿਨ ਨਹੀਂ ਹੁੰਦੇ। ਇਹ ਬੜਾ ਬੜਾ ਪ੍ਰਿੰਸੀਪਲ ਸਟੈਂਡ ਹੈ ਔਰ ਮੈਂ ਵੀ ਸਮਝਦਾ ਕਿ ਇਹਨਾਂ ਲੋਕਾਂ ਨਾਲ ਧੱਕਾ ਕਰਨਗੇ, ਇੰਪੋਜ਼ ਕਰਨਗੇ, ਕਿਉਂਕਿ ਇੱਥੋਂ ਦੀ ਕੋਈ ਮੰਗ ਨਹੀਂ, ਕੋਈ ਕਿਸੇ ਸੁਣ ਕੇ ਲੋਕ ਹੈਰਾਨ ਹੋਏ ਕਿ ਕਿਸ ਤਰ੍ਹਾਂ ਹੋ ਗਿਆ ਪੰਜਾਬ ਸਟੈਂਡਰ ਤੋੜਨ ਲੱਗਿਆ। ਨੰਬਰ 1। ਦੂਜੀ ਗੱਲ ਜਿਹੜੀ ਇਸ ਕਾਲਜ ਦੇ ਵਿੱਚ ਜੋ ਤੁਸੀਂ ਕਹਿ ਰਹੇ ਹੋ ਕਿ ਸਟਾਫ ਦਾ ਨਾ ਹੋਣਾ, ਪ੍ਰਿੰਸੀਪਲ ਦਾ ਨਾ ਹੋਣਾ ਜਾਂ ਇੱਥੋਂ ਦੀ ਐਜੂਕੇਸ਼ਨ ਦੀ ਕੁਆਲਿਟੀ ਦਾ ਨਾ ਬਣਨਾ, ਇਹ ਡੈਫੀਨੇਟ ਚੀਜ਼ ਜਿਹੜੀ ਕਹੋਗੇ ਇਸ ਨੂੰ ਅਸੀਂ ਜ਼ਰੂਰ ਜਿਹੜੀ ਪੂਰੀ ਤਰ੍ਹਾਂ ਰੇਜ਼ ਕਰਾਂਗੇ ਵੀ ਇਹ ਫਾਜ਼ਿਲਕਾ ਇੱਕ ਉਸ ਇਲਾਕਾ ਹੈ ਜਿੱਥੇ ਹਾਲੇ ਤੱਕ ਅਸੀਂ ਕੁਛ ਨਹੀਂ ਕਰ ਸਕੇ। ਅਸੀਂ ਚਾਹਾਂਗੇ ਗੁਰੂ ਐਮ ਏ ਦੇ ਉਹ ਦੇਖ ਕੇ ਵੀ ਐਮ ਏ ਮੰਗਣ। ਮੈਂ ਫਿਰ ਤੁਹਾਨੂੰ ਵੀ ਕਹਾਂਗਾ ਕਿ ਜਿਹੜੇ ਇੱਥੋਂ ਦੇ ਲੋਕ ਪਬਲਿਕ ਓਪੀਨੀਅਨ ਫੋਰਮ ਕਰਨ, ਭੇਜਣ, ਅਸੀਂ ਉੱਥੇ ਡਟ ਕੇ ਲੜਾਂਗੇ। ਥੈਂਕ ਯੂ। ABN ਨਿਊਜ਼ ਚੈਨਲ ਦੇਖਣੇ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ ABN ਨਿਊਜ਼ ਚੈਨਲ ਪਰ ਐਸੀ ਲੇਟੈਸਟ ਖਬਰੇਂ ਦੇਖਣੇ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁਲੇ। ਜੈ ਹਿੰਦ, ਜੈ ਭਾਰਤ।